ਸਸ਼ੀਕਾਲ ਤੁਸੀਂ ਵੇਖ ਰਹੇ ਹੋ ਆਇਓਲ ਟੀਵੀ ਤੇ ਮੈਂ ਸੁਖਦੀਪ ਕੌਰ ਇੱਕ ਵਾਰ ਫਿਰ ਅਰਬ ਦੇਸ਼ ਦੀ ਇੱਕ ਕਹਾਣੀ ਆਤਾਂ ਤੋਂ نسل ਦਾ ਪਤਾ ਲੱਗਦਾ ਹੈ ਤੁਹਾਨੂੰ ਪੜ ਕੇ ਸੁਣਾਵਾਂਗੇ ਇੱਕ ਵਾਰ ਇੱਕ ਬਾਦਸ਼ਾਹ ਦੇ ਦਰਬਾਰ ਇੱਕ ਉਪਰਾ ਆਦਮੀ ਨੌਕਰੀ ਦੀ ਭਾਲ ਲਈ ਆਇਆ ਜਦ ਬਾਦਸ਼ਾਹ ਨੇ ਉਸ ਤੋਂ ਉਸ ਦੀ ਯੋਗਤਾ ਪੁੱਛੀ ਤਾਂ ਉਸ ਆਦਮੀ ਨੇ ਆਖਿਆ ਸਿਆਸੀ ਹਾਂ ਅਰਬੀ ਵਿੱਚ ਸਿਆਸੀ ਉਸ ਨੂੰ ਆਖਦੇ ਨੇ ਜੋ ਅਕਲ ਤੇ ਗਿਆਨ ਸਦਕਾ ਕਿਸੇ ਮਸਲੇ ਨੂੰ ਹੱਲ ਕਰਨ ਦੀ ਯੋਗਤਾ ਰੱਖਦਾ ਹੋਵੇ ਬਾਦਸ਼ਾਹ ਦੇ ਕੋਲ ਸਿਆਸਤਦਾਨਾਂ ਦੀ ਕਮੀ ਨਹੀਂ ਸੀ ਇਸ ਲਈ ਉਸ ਨੂੰ ਘੋੜਿਆਂ ਦੇ ਤਬੀਲੇ ਵਿੱਚ ਮੁਖੀ ਬਣਾ ਦਿੱਤਾ ਗਿਆ ਥੋੜੇ ਦਿਨਾਂ ਮਗਰੋਂ ਬਾਦਸ਼ਾਹ ਉਸ ਨੂੰ ਆਪਣੇ ਸਭ ਤੋਂ ਮਹਿੰਗੇ ਤੇ ਪਿਆਰੇ ਘੋੜੇ ਬਾਰੇ ਪੁੱਛਣ ਲੱਗਾ ਤਾਂ ਸਿਆਸੀ ਨੇ ਕਿਹਾ ਇਹ ਘੋੜਾ ਨਸਲੀ ਨਹੀਂ ਹੈ ਬਾਦਸ਼ਾਹ ਬੜਾ ਹੈਰਾਨ ਹੋਇਆ ਉਸ ਘੋੜੇ ਦੇ ਰਾਖੇ ਨੂੰ ਬੁਲਾਇਆ ਤੇ ਪੁੱਛਿਆ ਤਾਂ ਘੋੜੇ ਦੇ ਰਖਵਾਲੇ ਨੇ ਕਿਹਾ ਬਾਦਸ਼ਾਹ ਘੋੜਾ ਤਾਂ ਨਸਲੀ ਏ ਪਰ ਜਦ ਇਹ ਜੰਮਿਆ ਸੀ ਤਦ ਇਹਦੀ ਮਾਂ ਮਰ ਗਈ ਸੀ ਫਿਰ ਇੱਕ ਗਾਂ ਦਾ ਦੁੱਧ ਚੁੰਗ ਕੇ ਇਸ ਨੂੰ ਪਾਲਿਆ ਗਿਆ ਬਾਦਸ਼ਾਹ ਇਸ ਗੱਲ ਸੁਣ ਕੇ ਬੜਾ ਹੈਰਾਨ ਹੋਇਆ ਤੇ ਉਸ ਨੇ ਸਿਆਸੀ ਤੋਂ ਪੁੱਛਿਆ ਤੈਨੂੰ ਕਿਵੇਂ ਪਤਾ ਲੱਗਾ ਕਿ ਇਹ ਘੋੜਾ ਨਸਲੀ ਨਹੀਂ ਹੈ ਤਾਂ ਉਸ ਸਿਆਸੀ ਨੇ ਜਵਾਬ ਦਿੱਤਾ ਜਦੋਂ ਇੱਕ ਘੋੜਾ ਕਾ ਖਾਂਦਾ ਏ ਤਦ گاਵਾں ਦੇ ਵਾਂਗੂ ਮੂੰਹ ੇਠਾਂ ਕਰਕੇ ਖਾਂਦਾ ਏ ਜਦੋਂ ਕਿ ਨਸਲੀ ਘੋੜੇ ਬੁਰਕ ਭਰਕੇ ਮੂੰਹ ਉਤਾਂ ਚੁੱਕ ਕੇ ਕਾ ਖਾਂਦੇ ਨੇ ਬਾਦਸ਼ਾ ਉਸਦੀ ਸੂਝ ਤੋਂ ਬਹੁਤ ਖੁਸ਼ ਹੋਇਆ ਅਤੇ ਉਸ ਨੂੰ ਇਨਾਮ ਵਜੋਂ ਦਾਣੇ ਘਿਓ ਅਤੇ ਬਹੁਤ ਸਾਰਾ ਇਨਾਮ ਵਜੋਂ మాਸ ਵੀ ਦਿੱਤਾ ਅਤੇ ਉਸ ਨੂੰ ਮਲਕਾਏ ਰਣਵਾਸ ਦੇ ਅਹੁਦੇ ਤੇ ਤੈਨਾਤ ਕਰ ਦਿੱਤਾ ਗਿਆ ਫਿਰ ਕੁਝ ਦਿਨਾ ਬਗਰੋ ਬਾਦਸ਼ਾਹ ਨੇ ਉਸ ਨੂੰ ਆਪਣੀ ਬੇਗਮ ਬਾਰੇ ਪੁੱਛਿਆ ਤਾਂ ਸਿਆਸੀ ਨੇ ਆਖਿਆ ਰਹਿਨ ਸਹਿਨ ਤਾਂ ਮਲਿਕਾ ਵਰਗਾਈ ਪਰ ਇਹ ਕੋਈ ਸ਼ਹਿਜ਼ਾਦੀ ਨਹੀਂ ਬਾਦਸ਼ਾਹ ਬੜਾ ਆਵਾਜ਼ਾਰ ਹੋਇਆ ਤੇ ਉਸ ਨੂੰ ਖਲੋਨ ਨੂੰ ertid ਵੇਲ ਨਾ ਦੇਵੀ ਉਸ ਨੇ ਉਸੇ ਵੇਲੇ ਆਪਣੀ ਸੱਸ ਨੂੰ ਬੁਲਾਵਾ ਕੱਲਿਆ ਤੇ ਪੁੱਛਣ ਲੱਗਾ ਤਾਂ ਸੱਸ ਕਹਿੰਦੀ ਸਚਾਈ ਇਹ ਹੈ ਕਿ ਤੁਹਾਡੇ ਮਾਪਿਆਂ ਨੇ ਜੰਮਦਿਆਂ ਸਾਰ ਹੀ ਸਾਡੀ ਕੁੜੀ ਨਾਲ ਕੁੜਮਾਈ ਪੱਕੀ ਕਰ ਦਿੱਤੀ ਸੀ ਪਰ ਸਾਡੀ ਧੀ 6 ਮਹੀਨਿਆਂ ਵਿੱਚ ਹੀ ਮਰ ਗਈ ਇਸ ਲਈ ਅਸੀਂ ਤੁਹਾਡੀ ਬਾਦਸ਼ਾਹਤ ਨਾਲ ਨਾਤਾ ਗੰਢਣ ਲਈ ਕਿਸੇ ਹੋਰ ਕੁੜੀ ਨੂੰ ਗੋਦ ਲੈ ਕੇ ਆਪਣੀ ਕੁੜੀ ਬਣਾ ਕੇ ਪਾਲਿਆ ਬਾਦਸ਼ਾਹ ਨੇ ਫਿਰ ਸਿਆਸੀ ਨੂੰ ਬੁਲਾਇਆ ਤੇ ਪੁੱਛਿਆ ਤੈਨੂੰ ਕਿਵੇਂ ਪਤਾ ਲੱਗਾ ਤਾਂ ਉਸ ਸਿਆਸੀ ਨੇ ਦੱਸਿਆ ਬਾਦਸ਼ਾਹ ਤੁਹਾਡੀ ਬੇਗਮ ਦਾ ਨੌਕਰਾਂ ਨਾਲ ਵਤੀਰਾ ਅਨਪੜਾ ਤੂੰ ਵੀ ਪੜਾ ਹੈ ਇੱਕ ਖਾਨਦਾਨੀ ਬੰਦੇ ਦਾ ਦੂਜਿਆਂ ਨਾਲ ਵਿਹਾਰ ਕਰਨ ਦਾ ਇੱਕ ਸਲੀਕਾ ਹੁੰਦਾ ਏ ਜੋ ਉਹਨਾਂ ਵਿੱਚ ਬਿਲਕੁਲ ਵੀ ਨਹੀਂ ਏ ਬਾਦਸ਼ਾਹ ਫਿਰ ਬਹੁਤ ਖੁਸ਼ ਹੋਇਆ ਤੇ ਉਸ ਨੂੰ ਬਹੁਤ ਸਾਰਾ ਅਨਾਜ ਤੇ ਭੇਡਾਂ ਬੱਕਰੀਆਂ ਇਨਾਮ ਵਜੋਂ ਦਿੱਤੀਆਂ ਅਤੇ ਨਾਲ ਹੀ ਆਪਣੇ ਦਰਬਾਰ ਵਿੱਚ ਦਰਬਾਰੀ ਦਾ ਅਹੁਦਾ ਵੀ ਕੁਝ ਦਿਨ ਲੰਘ ਗਏ ਬਾਦਸ਼ਾਹ ਵੱਲੋਂ ਉਸ ਸਿਆਸੀ ਨੂੰ ਬੁਲਾਇਆ ਗਿਆ ਤੇ ਆਖਿਆ ਗਿਆ ਕਿ ਹੁਣ ਉਹ ਮੇਰੇ ਬਾਰੇ ਕੁਝ ਦੱਸੇ ਤਾਂ ਸਿਆਸੀ ਨੇ ਕਿਹਾ ਜੇ ਜਾਨ ਬਖਸ਼ੋਗੇ ਤਾਂ ਹੀ ਬੋਲਾਂਗਾ ਬਾਦਸ਼ਾਹ ਨੇ ਉਸ ਨੂੰ ਜਾਨ ਬਖਸ਼ਣ ਦਾ ਵਾਅਦਾ ਕਰ ਦਿੱਤਾ ਤਾਂ ਉਸ ਸਿਆਸੀ ਨੇ ਦੱਸਿਆ ਨਾ ਤਾਂ ਤੁਸੀਂ ਸ਼ਹਿਜ਼ਾਦੇ ਹੋ ਅਤੇ ਨਾ ਹੀ ਤੁਹਾਡਾ ਵਿਹਾਰ ਬਾਦਸ਼ਾਹ ਵਰਗਾ ਹੈ ਬਾਦਸ਼ਾਹ ਨੂੰ ਬੜਾ ਗੁੱਸਾ ਆਇਆ ਪਰ ਉਹ ਜਾਨ ਬਖਸ਼ਣ ਦਾ ਵਾਦਾ ਕਰ ਚੁੱਕਾ ਸੀ ਅਤੇ ਉਹ ਚੁੱਪਚਾਪ ਆਪਣੀ ਮਾਂ ਦੇ ਮਹਿਲ ਜਾ ਪਹੁੰਚਿਆ ਉਸ ਦੀ ਮਾਂ ਨੇ ਉਸ ਨੂੰ ਦੱਸਿਆ ਪੁੱਤਰਾ ਇਹ ਸੱਚ ਹੈ ਤੂੰ ਇੱਕ ਆਜੜੀ ਦਾ ਮੁੰਡਾ ਹੈ ਸਾਡੇ ਕੋਈ ਔਲਾਦ ਨਹੀਂ ਸੀ ਇਸ ਲਈ ਅਸੀਂ ਤੈਨੂੰ ਗੋਦ ਲੈ ਕੇ ਪਾਲਿਆ ਬਾਦਸ਼ਾਹ ਆਪਣੇ ਸਿਆਸੀ ਨੂੰ ਸਦਕੇ ਪੁੱਛਿਆ ਤੈਨੂੰ ਕਿਵੇਂ ਪਤਾ ਲੱਗਾ ਤਾਂ ਉਸ ਸਿਆਸੀ ਨੇ ਆਖਿਆ ਬਾਦਸ਼ਾਹ ਜਦ ਕਿਸੇ ਨੂੰ ਕੋਈ ਇਨਾਮ ਦਿੰਦੇ ਨੇ ਉਹ ਹੀਰੇ ਮੋਤੀ ਜਵਾਰਾਤ ਦਿੰਦੇ ਨੇ ਪਰ ਤੁਸੀਂ ਭੇਡਾਂ ਬੱਕਰੀਆਂ ਤੇ ਖਾਣ ਵਾਲੀਆਂ ਛਿਆਂ ਦਿੱਤੀਆਂ ਸੀ ਇਸ ਤੋਂ ਪਤਾ ਲੱਗਦਾ ਏ ਕਿ ਤੁਸੀਂ ਕੋਈ ਸ਼ਹਿਜ਼ਾਦੇ ਨਹੀਂ ਕਿਸੇ ਆਜੜੀ ਦੇ ਮੁੰਡੇ ਹੋ ਇਸ ਲਈ ਕਿਸੇ ਮੁਖ ਕੋਲੋਂ ਕਿੰਨੀ ਵੀ ਤਾਂ ਦੌਲਤ ਸੁੱਖ ਆਰਾਮ ਰੁਤਬਾ ਗਿਆਨ ਤਾਕਤ ਹੋਵੇ ਇਹ ਸਭ ਛਿਆਂ ਬਾਹਰੀ ਨੇ ਬੰਦੇ ਦੀ ਅਸਲੀਅਤ ਉਸਦੇ ਲਹੂ ਉਸਦੇ ਵਿਹਾਰ ਤੋਂ ਪਤਾ ਲੱਗਦੀ ਏ ਇਸ ਦੇ ਨਾਲ ਹੀ ਸਾਡੀ ਕਹਾਣੀ ਖਤਮ ਹੁੰਦੀ ਏ ਤੇ ਅਗਲੀ ਵਾਰ ਫਿਰ ਨਵੀਂ ਕਹਾਣੀ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਧੰਨਵਾਦ